ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਕਿੰਨਾ ਕੁ ਫਲ ਫੁੱਲ ਰਿਹਾ ਇਸ ਦੀ ਤਾਜ਼ਾ ਮਿਸਾਲ ਉਦੋਂ ਮਿਲੀ ਜਦੋਂ ਫਰੀਦਕੋਟ ਅੰਦਰ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਵਾਲੇ SHSO ਦੀ ਬਦਲੀ ਕਰ ਦਿੱਤੀ ਗਈ। ਇਸ ਬਦਲੀ ਦੇ ਭੜਕੇ ਹਲਕੇ ਦੇ ਸਰਪੰਚਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਫਰੀਦਕੋਟ ਦੇ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਜ਼ਿਲ੍ਹਾ ਪੁਲਿਸ ਮੁਖੀ ਖਿਲਾਫ ਜ਼ੋਰਦਾਰ ਨਾਅਰੇ ਲਗਾਏ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਬਦਲਣ ਦੀ ਮੰਗ ਕੀਤੀ। ਇੱਥੋਂ ਤੱਕ ਕਿ ਜ਼ਿਲ੍ਹਾ ਪੁਲਿਸ ਮੁਖੀ ਫਰੀਦਕੋਟ ਦੇ ਇਲਜ਼ਾਮ ਲਗਾਉਂਦੇ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਵੱਲੋਂ ਜੇਲ੍ਹ ਦੇ ਅੰਦਰ ਨਸ਼ਾ ਤਸਕਰਾਂ ਨੂੰ ਸ਼ਹਿਰ ਦਿੱਤੀ ਜਾਂਦੀ ਹੈ। ਇਸ ਮੌਕੇ ਤੇ ਗੱਲਬਾਤ ਕਰਦਿਆਂ ਪੰਚਾਇਤ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਅਤੇ ਕਾਂਗਰਸੀ ਸਰਪੰਚ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਇਹ ਧਰਨਾ ਇਸ ਲਈ ਲਗਾਇਆ ਗਿਆ ਹੈ ਕਿਉਂਕਿ ਫਰੀਦਕੋਟ ਦਾ SSP ਨਸ਼ਾ ਤਸਕਰਾਂ ਨੂੰ ਸ਼ਹਿਰ ਦਿੰਦਾ ਹੈ। ਪੰਚਾਇਤ ਯੂਨੀਅਨ ਦੇ ਵੱਲੋਂ ਹੁਣ ਸਰਕਾਰ ਨੂੰ ਮੰਗ ਕੀਤੀ ਗਈ ਹੈ ਕਿ ਫਰੀਦਕੋਟ ਦੇ SSP ਦੀ ਤੁਰੰਤ ਬਦਲੀ ਕਰ ਦਿੱਤੀ ਜਾਵੇ। ਅਸੀਂ ਆਪਣੀ ਸਰਕਾਰ ਦੇ ਖਿਲਾਫ ਧਰਨਾ ਨਹੀਂ ਲਾਇਆ। ਅਸੀਂ ਕੈਪਟਨ ਅਮਰਿੰਦਰ ਸਿੰਘ ਸਾਡੇ ਜਿਹੜੇ ਮੁੱਖ ਮੰਤਰੀ ਆ ਜਿਹੜੇ ਉਹਨਾਂ ਨੇ ਦਿਸ਼ਾ ਨਿਰਦੇਸ਼ ਦਿੱਤੇ ਆ ਵੀ ਨਸ਼ੇ ਖਿਲਾਫ ਅਤੇ ਜਿਹੜਾ ਉਹਦੇ 'ਚ ਪ੍ਰਸ਼ਾਸਨ ਨਸ਼ਿਆਂ ਵਾਲੇ ਜਿਹੜੇ ਸੁਦਾਗਰ ਉਹਨਾਂ ਦਾ ਸਾਥ ਦੇ ਰਹੀ ਆ। ਅਸੀਂ ਪੁਲਿਸ ਪ੍ਰਸ਼ਾਸਨ SSP ਦੇ ਖਿਲਾਫ ਧਰਨਾ ਲਾਇਆ ਕਿਉਂਕਿ ਜਿਹੜਾ ਕੰਮ ਇੱਥੇ ਨਸ਼ਿਆਂ ਦਾ ਚੱਲ ਰਿਹਾ ਪੁਰਾਣੇ ਟਾਈਮ ਤੋਂ ਜਿਹੜੇ ਨਸ਼ਿਆਂ ਦੇ ਸੁਦਾਗਰ ਇੱਥੇ ਨਸ਼ਾ ਵੇਚ ਰਹੇ ਆ SSP ਸਾਹਿਬ ਉਹਨਾਂ ਨੂੰ ਨੱਥ ਪਾਉਣ ਦੀ ਬਜਾਏ ਉਹਨਾਂ ਦਾ ਸਾਥ ਦੇ ਰਹੇ ਆ ਕਿਉਂਕਿ ਜਿਹੜੇ SHO ਮੰਨ ਲਓ ਨਸ਼ੇ ਵਾਲਿਆਂ ਨੂੰ ਭਜਾਉਂਦੇ ਆ ਨਸ਼ੇ ਵਾਲਿਆਂ ਨੂੰ ਫੜ ਕੇ ਥਾਣਿਆਂ 'ਚ ਬੰਦ ਕਰਦੇ ਆ ਉਹਨਾਂ ਦੇ ਤਬਾਦਲੇ ਕਰ ਦਿੰਦੇ SSP ਸਾਹਿਬ। ਮੈਂ ਅੱਜ ਤੱਕ ਇਹ ਨਹੀਂ ਦੇਖਿਆ ਵੀ ਜਿਹੜਾ ਜ਼ਿਲ੍ਹੇ ਦਾ ਮੁਖੀ ਅਫਸਰ ਹੋਵੇ SSP ਉਹ ਲੱਗਿਆ ਹੋਵੇ ਜ਼ਿਲ੍ਹੇ 'ਚ ਉਹ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੀ ਪਾਲਣਾ ਕਰਨ ਦੀ ਬਜਾਏ ਨਸ਼ੇ ਵਾਲਿਆਂ ਦਾ ਸਾਥ ਦੇਵੇ। ਇਹ ਪਹਿਲੇ SSP ਮੈਂ ਦੇਖੇ ਆ ਜਿਹੜੇ ਨਸ਼ੇ ਵਾਲਿਆਂ ਦਾ ਸਾਥ ਦਿੰਦੇ। ਸਾਡੀ ਮੰਗ ਤਾਂ ਇਹ ਆ ਜਿਹੜਾ ਨਸ਼ਿਆਂ ਦਾ ਸਾਥ ਦੇ ਰਹੇ ਸਾਡੇ ਫਰੀਦਕੋਟ ਦੇ SSP ਇਹਨਾਂ ਨੂੰ ਅਸੀਂ ਆਪਦੇ ਜ਼ਿਲ੍ਹੇ 'ਚ ਨਹੀਂ ਰਹਿਣ ਦੇਣਾ। ਅਸੀਂ STF ਮੁਖੀ ਉਹਨਾਂ ਕੋਲ ਜਾਵਾਂਗੇ, ਅਸੀਂ CM ਸਾਹਿਬ ਕੋਲ ਜਾਵਾਂਗੇ ਵੀ ਜਿਹੜੇ ਇਹਨਾਂ ਨੇ ਜਿਹੜੇ ਇੱਥੇ ਨਸ਼ਿਆਂ ਦਾ ਜਿਹੜਾ ਕਾਰੋਬਾਰ ਕਰਦੇ ਆ ਉਹਨਾਂ ਦਾ ਸਾਥ SSP ਦੇ ਰਹੇ ਆ ਉਹਨਾਂ ਨੂੰ ਸਾਡੇ ਜ਼ਿਲ੍ਹੇ 'ਚੋਂ ਬਦਲਿਆ ਜਾਵੇ। ਇਹ ਅਸੀਂ ਆਪਦੀ ਜਿਹੜੀ ਅੱਜ ਇਹ ਪੰਚਾਇਤ ਯੂਨੀਅਨ ਜ਼ਿਲ੍ਹਾ ਫਰੀਦਕੋਟ ਬਲਾਕ ਸੰਮਤੀ ਮੈਂਬਰ ਜ਼ਿਲ੍ਹਾ ਆਫਿਸ ਮੈਂਬਰ ਹੋਰ ਪਿੰਡਾਂ ਦੇ ਨੁਮਾਇੰਦੇ ਇੱਥੇ ਇਕੱਠੇ ਹੋਏ ਆ ਇਹ ਅੱਗੇ ਇਹ ਲਹਿਰ ਬਣਾ ਕੇ ਇਹਨਾਂ ਨੂੰ SSP ਸਾਹਿਬ ਨੂੰ ਇੱਥੋਂ ਬਦਲਾ ਕੇ। ਫਰੀਦਕੋਟ ਤੋਂ ਸੁਖਜਿੰਦਰ ਸਹੋਤਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।